ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੀਜੇ ਸਿੰਘ, ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਮਹਿਕ ਪੰਜਾਬ ਦੀ। ਅਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ, ਅੱਜ ਨਵਾਂ ਸਾਲ ਸ਼ੁਰੂ ਹੋ ਚੁੱਕਿਆ ਹੈ। ਅਤੇ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਦਫ਼ਤਰ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟਾਈਜੇਸ਼ਨ ਮੰਡਲ ਨੰਬਰ 1 ਪਟਿਆਲੇ ਵਿਖੇ ਨਵੇਂ ਸਾਲ ਦੀ ਖੁਸ਼ੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਰਖਾਇਆ ਗਿਆ। ਅਤੇ ਕਿਸਾਨ ਅੰਦੋਲਨ ਦੇ ਲਈ ਵੀ ਉਹਨਾਂ ਨੇ ਪਾਠ ਰਖਵਾਇਆ, ਤਾਂ ਕਿ ਕਿਸਾਨ ਭਾਈਚਾਰੇ ਨਾਲ ਜੋ ਬੀਤ ਰਹੀ ਹੈ ਕਿ ਉਹ ਜਿਹੜੇ ਕਿ ਉਹਨਾਂ ਦੀ ਆਰਡੀਨੈਂਸ ਪਾਸ ਕੀਤੇ ਨੇ, ਉਹਨਾਂ ਨੂੰ ਰੱਦ ਕੀਤੇ ਜਾਣ। ਅਤੇ ਤੁਹਾਨੂੰ ਹੁਣ ਉੱਥੇ ਦੀਆਂ ਕੁਛ ਲਾਈਵ ਤਸਵੀਰਾਂ ਦਿਖਾਉਂਦੇ ਹਾਂ। ਨਵੇਂ ਸਾਲ ਦੇ ਉੱਪਰ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਸੈਨੀਟੇਸ਼ਨ ਮੰਡਲ 1 ਵਿਖੇ ਨਵੇਂ ਸਾਲ ਤੇ ਬਾਬਾ ਜੀ ਦੀ ਸਵਾਰੀ ਨੂੰ, ਬਾਬਾ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਸਾਰੀ ਸੰਗਤ ਨੂੰ ਕਰਮਚਾਰੀਆਂ ਵੱਲੋਂ ਪਾਠ ਰੱਖਿਆ ਗਿਆ। ਵੀ ਸਾਰੇ ਕਰਮਚਾਰੀ ਨੇ ਜਿਹੜੇ ਮੰਡਲ 1 ਦਫ਼ਤਰ ਦੇ ਜਲ ਸਪਲਾਈ ਵਿਭਾਗ, ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ। ਇਹ ਉਪਰਾਲਾ ਤਾਂ ਕੀਤਾ ਗਿਆ ਕਿ ਇਸ ਦਫ਼ਤਰ ਦੇ ਵਿੱਚ ਜਲ ਸਪਲਾਈ ਵਿਭਾਗ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਕਰਮਚਾਰੀ ਨੇ, ਉਹਨਾਂ ਦੀਆਂ ਜੋ ਇੱਛਾਵਾਂ ਨੇ ਉਹ ਪੂਰੀਆਂ ਹੋਣ। ਅਤੇ ਜਿਹੜੇ ਦਫ਼ਤਰ ਨੇ, ਜਿਹੜੇ ਮੰਡਲ ਨੇ ਜਾਂ ਸਰਕਲ ਦਫ਼ਤਰ ਨੇ ਜਾਂ ਮੁੱਖ ਦਫ਼ਤਰ ਨੇ, ਉਹ ਸਾਰਿਆਂ ਦੇ ਵਿੱਚ ਸਾਰਿਆਂ ਨੂੰ ਤਰੱਕੀਆਂ ਮਿਲਣ। ਅਤੇ ਉਹਨਾਂ ਦੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਉਹ ਮੁਲਾਜ਼ਮ ਦਫ਼ਤਰ ਜਲ ਸਪਲਾਈ ਸੈਨੀਟੇਸ਼ਨ ਮੰਡਲ ਨੰਬਰ 1 ਪਟਿਆਲਾ, ਨਵੇਂ ਸਾਲ ਦੀ ਖੁਸ਼ੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਕੀਰਤਨ, ਅਰਦਾਸ ਅਤੇ ਚਾਹ ਦਾ ਲੰਗਰ ਤਿਆਰ ਕੀਤਾ ਗਿਆ ਹੈ। ਅੱਜ ਬਹੁਤ ਕਰਮਾਂ ਵਾਲਾ ਦਿਨ ਹੈ ਸਾਰਿਆਂ ਲਈ। ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ, ਸਰਬੱਤ ਦਾ ਭਲਾ ਕਰੇ। ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਅੱਗੇ, ਜਿਹੜੇ ਸਾਡੇ ਕਿਸਾਨ ਵੀਰ ਦਿੱਲੀ ਅੰਦੋਲਨ ਦੇ ਵਿੱਚ ਅਗਨੀ ਠੰਡ ਦੇ ਵਿੱਚ ਬੈਠੇ ਹੋਏ ਨੇ, ਸਰਕਾਰ ਉਹਨਾਂ ਦੇ ਤਿੰਨੇ ਕਾਨੂੰਨ ਜਲਦ ਤੋਂ ਜਲਦ ਰੱਦ ਕਰੇ। ਅਤੇ ਇਸ ਸਮੇਂ ਨਵੇਂ ਸਾਲ ਦੇ ਵਿੱਚ ਸਾਰਿਆਂ ਨੂੰ ਖੁਸ਼ੀਆਂ ਭਰਿਆ, ਮਿਹਰ ਭਰਿਆ ਹੱਥ ਰੱਖੇ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਇਹ ਉਪਰਾਲਾ, ਇਹ ਸਾਡੇ ਅਫਸਰ ਸਾਹਿਬਾਨ ਸਰਦਾਰ ਅਮਰੀਕ ਸਿੰਘ ਜੀ ਧੀਮਾਨ, ਉਹਨਾਂ ਦੀ ਰਹਿਨੁਮਾਈ ਹੇਠ ਕੀਤਾ ਜਾ ਰਿਹਾ। ਇਹ ਉਪਰਾਲਾ ਨਵੇਂ ਸਾਲ ਦੇ ਉੱਪਰ ਕੀਤਾ ਗਿਆ, ਅਤੇ ਅਸੀਂ ਇਹ ਵੀ ਅਪੀਲ ਕਰਦੇ ਹਾਂ ਬਾਬਾ ਜੀ ਅੱਗੇ, ਅਰਦਾਸ ਵੀ ਕਰਦੇ ਹਾਂ ਵੀ ਜਿਹੜੀ ਕਿਸਾਨਾਂ ਦੇ ਉੱਪਰ ਇਹ ਜ਼ੁਲਮ ਹੋ ਰਿਹਾ, ਇਹ ਉਹਨਾਂ ਦੇ ਉੱਪਰ ਕਹਿ ਢਾਇਆ ਜਾ ਰਿਹਾ ਸਰਕਾਰਾਂ ਵੱਲੋਂ, ਉਸ ਨੂੰ ਵੀ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਅੱਲਾ ਅਤੇ ਮੇਰਾ ਭਗਵਾਨ ਇਸ ਨੂੰ ਵੀ ਦੂਰ ਕਰੇ, ਅਤੇ ਉਹ ਖੁਸ਼ੀ ਖੁਸ਼ੀ ਨਵੇਂ ਸਾਲ 'ਤੇ ਆਪਣੇ ਘਰ ਦੇ ਵਿੱਚ ਪਰਤਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।